हाँ जी दोस्तों, विश्वकर्मा दलबा यूट्यूब चैनल तुहाडा स्वागत है। दोस्तों अज असीं पहुंचे हुए हाँ मोहाली, जो एग्री प्रोसैस मशीनरी मोहाली एग्जीबिशन लगे हुआ है जी, मेला लगे हुआ है 3-4-5 का। तो अज आप पहुंचे हाँ दोस्तों सरदार इंडस्ट्री की स्टाल पर। तो अपने नाल ने ज्ञान शर्मा जी, जो अपन सरदार इंडस्ट्री अपने बड़ा जानकारी देंगे। सतिकाल सर। सतिकाल जी। सर दोगे जानकारी जी? हाँ जी, हाँ जी सर। ये सरदार इंडस्ट्री है सर, ट्रैक्टर माउंटेड डिप्रेसर। ठीक है जी। ये नाल तुसी आल क्रॉप कटिंग फसल कट सकते हो सर। ठीक है सर। जिस तरह सर मक्की, बाजरा, ज्वार, गेहूं, धान, जो भी कुछ मर्जी कट सकते हो सर। साडा 3 चैना वाला जी न्यू मॉडल है जी। ठीक है जी। ठीक है सर। मान के चलो सर, आगे नेक्स्ट ਸਾਡਾ ਪ੍ਰੋਡਕਟ ਹੈ ਸਰ ਜ਼ੀਰੋ ਡਰਿਲ ਸਰ। ਇਸ ਬਾਰੇ ਜਾਣਕਾਰੀ ਦੇਣੀ ਹੈ। ਇਹ ਕਿੰਨੇ ਪਟੇ ਚ ਆ ਜਾਂਦਾ ਜੀ? ਇਹ ਘੱਟ ਤੋਂ ਘੱਟ ਜੇ ਵੱਡ ਤਾਂ ਇਹ ਘੱਟ ਤੋਂ ਘੱਟ ਸਰ 3 ਪਟਿਆਂ ਚ, ਜ਼ਿਆਦਾ ਤੋਂ ਜ਼ਿਆਦਾ 5 ਪਟਿਆਂ ਚ ਸਰ। ਜ਼ਿਆਦਾ ਤੋਂ 5 ਪਟਿਆਂ, 5 ਕਨਵੇਅਰ ਬੈਲਟ ਜੀ। ਠੀਕ ਹੈ ਜੀ। ਹਾਂਜੀ ਸਰ। ਤੇ ਉਸ ਤੋਂ ਬਾਅਦ ਸਰ ਦੇਵਾਂਗੇ ਆਪਣੇ ਹੋਰ ਆਪਣੇ ਨੂੰ ਜਾਣਕਾਰੀ ਸਪੈਸ਼ਲ ਬਾਰੇ ਜੀ। ਹਾਂਜੀ ਜੀ ਸਰ, ਸਰਦਾਰ ਇੰਡਸਟਰੀ ਜ਼ੀਰੋ ਸੀ ਡਰਿਲ ਸਰ। ਹਾਂਜੀ, ਇਹ 13 ਟੈਂਚ ਵੀ ਆਉਂਦੀ ਹੈ ਸਰ, ਇਹ 11 ਟੈਂਚ ਵੀ ਆਉਂਦੀ ਹੈ ਸਰ। ਪੂਰੀ ਹੈਵੀ ਜ਼ੀਰੋ ਸੀ ਡਰਿਲ ਸਰ। ਠੀਕ ਹੈ ਸਰ। ਇਹਦਾ ਵੇਟ ਹੈ 3.85 ਕਿਗੀ ਸਰ। ਠੀਕ ਹੈ ਜੀ। 11 ਟੈਨ ਹੈ, ਜੋ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜੀ। ਡਬਲ ਬਾਕਸ ਹੈ ਸਰ, ਇੱਕ ਬਾਕਸ ਦਾ ਫੈਲਟੀਲੇਜਰ ਸਰ, ਇੱਕ ਸੀਡ ਵਾਲਾ ਸਰ। ਠੀਕ ਹੈ। ਪੂਰੀ ਹੈਵੀ ਦੇ ਵਿੱਚ ਮਸ਼ੀਨ ਬਣੀ ਹੋਈ ਹੈ ਸਰ, ਸਰਦਾਰ ਇੰਡਸਟਰੀ ਮਾਨਸਾ ਪੰਜਾਬ ਸਰ। ਠੀਕ ਹੈ ਸਰ। ਉਸ ਤੋਂ ਸਰ ਅੱਜ ਜਾਣਕਾਰੀ ਦਿਓਗੇ ਰੋਟਾਵੇਟਰ ਜੀ? ਸਰਦਾਰ ਇੰਡਸਟਰੀ ਦਾ ਰੋਟਾਵੇਟਰ ਹੈ, 8 ਫੁੱਟ ਦਾ ਰੋਟਾਵੇਟਰ ਹੈ ਸਰ। ਠੀਕ ਹੈ ਜੀ। ਸਰ ਜੀ, ਜਿਹੜਾ ਇਹਦਾ ਸਾਈਜ਼ ਹੈ ਬਿਲਕੁਲ ਵਿੱਚੋਂ 8 ਫੁੱਟ ਦਾ ਸਰ, 60 ਬਲੇਡਸ ਦੇ ਵਿੱਚ ਆਉਂਦਾ ਸਰ ਜੀ। ਬੋਰਨ ਸਟੀਲ ਦਾ ਇਹਦੇ ਉੱਤੇ ਬਲੇਡਸ ਲੱਗੇ ਹੋਏ ਹੈ ਸਰ। ਠੀਕ ਹੈ ਜੀ। ਠੀਕ ਹੈ ਸਰ। ਜੋ ਇਹਦੇ ਲਿੰਕ, ਟੌਪ ਲਿੰਕ ਲੱਗੀ ਹੈ ਸਰ ਜੀ, 8 mm 10 mm ਦੇ ਵਿੱਚ ਲੱਗੀ ਹੋਈ ਹੈ ਸਰ। ਠੀਕ ਹੈ। ਪੂਰਾ ਹੈਵੀ ਹੈ, 5 kg ਤੋਂ ਉੱਪਰ ਦਾ ਵੇਟ ਹੈ ਸਰ। ਠੀਕ ਹੈ। ਠੀਕ ਹੈ ਸਰ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜੀ ਆਪਣੇ ਸੁਪਰ ਸੀਡਰ ਬਾਰੇ ਜਾਣਕਾਰੀ? ਸੁਪਰ ਸੀਡਰ ਜੀ ਸਰ, ਸੁਪਰ ਸੀਡਰ ਇਹ ਹੈਗਾ ਜੀ, ਆ ਜਾਓ ਸਰਦਾਰ ਇੰਡਸਟਰੀ ਦਾ ਸੁਪਰ ਸੀਡਰ ਸਰ, 7 ਫਿੱਟ ਦਾ ਜੀ। ਠੀਕ ਹੈ ਜੀ। 60 ਬਲੇਡਾਂ ਦੇ ਵਿੱਚ ਹੈ ਜੀ। ਠੀਕ ਹੈ। ਹੈਵੀ ਹੈ ਜੀ, 8 ਕੁਇੰਟਲ ਦਾ ਇਹਦਾ ਵੇਟ ਹੈ ਜੀ। ਡਿਸਕ ਮਾਡਲ, ਜੋ ਨਿਊ ਡਿਸਕ ਮਾਡਲ ਤਿਆਰ ਕੀਤਾ ਗਿਆ ਜੀ, ਜੋ ਇਸਦੇ ਪੈਪ ਵਗੈਰਾ ਲਗਾਈ ਹੈ ਸਰ ਜੀ, ਇਹ ਵਾਇਰ ਵਾਲੀ ਹੈ, ਸਪਰਿੰਗ ਵਾਇਰ ਵਾਲੀ ਹੈ ਜੀ। ਠੀਕ ਹੈ ਜੀ। ਸਰ ਇਹਦੇ ਵਿੱਚ ਕੀ ਹੈ ਜੀ, ਇਹ ਤੁਸੀਂ ਧੁੱਪ ਦੇ ਵਿੱਚ ਇਹ ਪਿਚਕਦੀ ਨਹੀਂ ਸਰ। ਠੀਕ ਹੈ ਜੀ। ਮੇਨ ਖਾਸੀਅਤ ਹੈ ਜੀ, ਧੁੱਪ ਦੇ ਵਿੱਚ ਇਹ ਪਿਚਕਦੀ ਨਹੀਂ, ਕੁਛ ਵੀ ਨਹੀਂ। ਮੰਨ ਕੇ ਚਲੋ ਸਰ, ਪੂਰਾ ਹੈਵੀ ਦੇ ਵਿੱਚ ਨਿਊ ਮਾਡਲ ਤਿਆਰ ਕੀਤਾ ਹੋਇਆ ਜੀ। ਇਹਦੇ ਵਿੱਚ ਜੋ ਗੇਅਰ ਲਗਾਇਆ ਜੀ, ਉਹ ਅਸੀਂ 13-23 ਦਾ ਗੇਅਰ ਪੂਰਾ ਹੈਵੀ ਵਾਲਾ ਗੇਅਰ ਲਗਾਇਆ ਜੀ। ਤੇ ਸਰ ਇਹਦਾ ਪ੍ਰਾਈਸ ਦੱਸੋਗੇ ਜੀ? ਜਿਹੜਾ ਪ੍ਰਾਈਸ ਚੱਲ ਰਿਹਾ ਸੀ ਇਹਦਾ ਪ੍ਰਾਈਸ 2,25,000 ਰੁਪਏ ਪ੍ਰਾਈਸ, ਇਨਕਲੂਡ GST ਹੈ ਸਰ ਰੇਟ। ਠੀਕ ਹੈ ਜੀ। ਠੀਕ ਹੈ ਸਰ। ਇਹ ਮੈਂ ਚਾਹੁੰਦਾ ਵੀ ਇਹਦਾ ਪ੍ਰਾਈਸ ਤੁਹਾਨੂੰ ਦੱਸਿਆ ਜਾਵੇ ਨਾਲ ਦੀ ਨਾਲ ਜੀ, ਕਿਉਂਕਿ ਕਿਸਾਨ ਤੁਹਾਨੂੰ ਲਾਲ ਦੇਖ ਰਿਹਾ। ਰੋਟਾਵੇਟਰ ਦਾ ਜਿਹੜਾ ਰੋਟਾਵੇਟਰ ਦਾ ਰੇਟ ਹੈ ਜੀ, ਇਨਕਲੂਡ GST 1,15,000 ਰੁਪਏ ਜੀ, ਜੋ ਮਲਟੀ ਕ੍ਰੋਪ ਰੀਪਰ ਹੈ ਜੀ। ਹਾਂਜੀ, ਮਲਟੀ ਰੋਟੇਟਰ ਦਾ ਜੀ। ਇਹਦਾ ਜੀ ਮਲਟੀ ਕ੍ਰੋਪ ਟਰੈਕਟਰ ਮਾਊਂਟਰ ਰੀਪਰ, ਇਹਦਾ ਰੇਟ ਹੈਗਾ ਜੀ 65,065,000 ਰੁਪਏ, ਇਨਕਲੂਡ GST ਹੈ ਜੀ। ਠੀਕ ਹੈ ਜੀ। ਜੋ ਆਪਣੀ ਅੱਗੇ ਜ਼ੀਰੋ ਸੀਡਰ ਲੱਗੀ 13 ਟੈਨ ਦਾ ਸਰ, ਇਹਦਾ ਹੈਗਾ ਜੀ, ਇਹਦਾ ਵੀ 65। ਠੀਕ ਹੈ। 65,000 ਰੁਪਏ ਸਰ। ਠੀਕ ਹੈ ਸਰ। ਠੀਕ ਹੈ ਸਰ। ਅਤੇ ਉਸ ਤੋਂ ਬਾਅਦ ਲੇਜ਼ਰ ਲੈਵਲ ਜਾਣਕਾਰੀ, ਕਿਹੜਾ ਮਾਡਲ ਹੈ ਜੀ ਇਹ, ਅਤੇ ਕਿਹੜੇ ਮਾਡਲ 'ਚ ਆਉਂਦਾ ਜੀ ਇਹ? ਨਹੀਂ, ਇਹ ਲੇਜ਼ਰ ਲੈਦਰ ਹੈ ਸਰ, ਇੱਧਰ। ਹਾਂਜੀ, ਲੇਜ਼ਰ ਲੈਦਰ ਸਰ ਜੀ, ਪੂਰਾ ਹੈਵੀ ਦੇ ਵਿੱਚ ਹੈ, 7 ਫੁੱਟ ਦਾ ਇਹ ਲੇਜ਼ਰ ਲੈਦਰ ਹੈ, ਜੋ ਨਿਊ ਮਾਡਲ ਹੈ ਜੀ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਪ੍ਰੋਸੈਸ ਜੋ ਮਰਜ਼ੀ ਲਵਾ ਸਕਦਾ ਜੀ, TND ਦਾ ਵੀ ਲਗਾ ਸਕਦਾ ਜੀ। ਠੀਕ ਹੈ ਜੀ। ਔਰ ਲਾਈਕਾ ਦਾ ਵੀ ਲਗਾ ਸਕਦਾ ਜੀ, ਪੂਰਾ ਹੈਵੀ ਦੇ ਵਿੱਚ ਰਿਪੇਅਰ ਮਿਲੂਗਾ ਜੀ। ਠੀਕ ਹੈ ਜੀ। ਠੀਕ ਹੈ ਜੀ। ਹਾਂਜੀ ਹਾਂਜੀ ਸਰ, ਜੇ ਆਪਣੇ ਬਣਨੇ ਇੰਪਲੀਮੈਂਟ ਲੈਣੇ ਹੋਣ ਤਾਂ ਉਹ ਕਿਸ ਤਰ੍ਹਾਂ ਲੈ ਸਕਦਾ ਜੀ? ਸਰ ਆਪਣੇ ਸਰਦਾਰ ਇੰਡਸਟਰੀ ਰੂਪ ਐਗਰੀਕਲਚਰ ਭੀਖੀ ਰੋਡ ਤੇ ਖਿਆਲਾ ਕਲਾਂ ਦੇ ਵਿੱਚ ਆਪਣੀ ਯੂਨਿਟ ਲੱਗੀ ਹੋਈ ਹੈ, ਤੁਸੀਂ ਉੱਥੇ ਸਾਡੇ ਨਾਲ ਸੰਪਰਕ ਕਰਕੇ ਜੋ ਵੀ ਤੁਸੀਂ ਪ੍ਰੋਡਕਟ ਇੰਪਲੀਮੈਂਟਸ ਲੈਣਾ ਹੈ, ਸਾਡੇ ਕੰਟੈਕਟ ਨੰਬਰ ਦਿੱਤੇ ਹੋਏ ਨੇ ਸਾਰੇ ਜੀ, ਉਹਨਾਂ ਨਾਲ ਤੁਸੀਂ ਗੱਲ ਕਰਕੇ ਸਾਡੇ ਨਾਲ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਸਰ। ਠੀਕ ਹੈ ਸਰ। ਠੀਕ ਹੈ ਸਰ। ਓਕੇ ਸਰ, ਥੈਂਕ ਯੂ। ਲਓ ਜੀ ਦੋਸਤੋ, ਇਹ ਸਨ ਗਿਆਨ ਸ਼ਰਮਾ ਜੀ, ਜਿਨ੍ਹਾਂ ਨੇ ਆਪਾਂ ਨੂੰ ਸਰਦਾਰ ਇੰਡਸਟਰੀ ਦੇ ਸਾਰੇ ਪਿੰਡ ਦਾ ਜਾਣਕਾਰੀ ਦਿੱਤੀ। ਦੋਸਤੋ, ਜੇ ਤੁਸੀਂ ਵੀ ਇਹਨਾਂ ਦੇ ਇੰਪਲੀਮੈਂਟ ਲੈਣਾ ਚਾਹੁੰਦੇ ਹੋ ਸਰਦਾਰ ਵਾਲਿਆਂ ਦੇ, ਤਾਂ ਇਹਨਾਂ ਦੇ ਕੰਟੈਕਟ ਨੰਬਰ ਤੁਹਾਨੂੰ ਉਹ ਵੀਡੀਓ ਦੇ ਨੀਚੇ ਮਿਲ ਜਾਣਗੇ, ਤੁਸੀਂ ਇਹਨਾਂ ਸਪਾ ਕਰਕੇ ਵੀ ਇਹ ਪਿੰਡ ਲੈ ਸਕਦੇ ਹੋ। ਅਤੇ ਕਿਸਾਨ ਵੀਰੋ, ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ, ਅਤੇ ਨਵੀਂ ਆ ਰਹੀ ਮਸ਼ੀਨ ਜਾਣਕਾਰੀ ਲਈ ਵਿਸ਼ਵਕਰਮਾ ਦਲਬਾ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ। ਧੰਨਵਾਦ ਜੀ। ਥੈਂਕ ਯੂ।